ਭਾਈ ਕਾਨ ਸਿੰਘ ਨਾਭਾ ਦੀ ਧਰਤੀ ਦੇ ਉੱਤੇ ਭਾਈ ਕਾਨ ਸਿੰਘ ਨਾਭਾ ਰਚਨਾ ਪ੍ਰਚਾਰ ਮੰਚ ਵੱਲੋਂ ਪਿਛਲੇ 26 ਸਾਲਾਂ ਤੋਂ ਨਾਭਾ ਕਵਿਤਾ ਉਤਸਵ ਦਾ ਆਯੋਜਨ ਕੀਤਾ ਜਾਂਦਾ। ਭਾਈ ਕਾਨ ਸਿੰਘ ਨਾਭਾ ਰਚਨਾ ਪ੍ਰਚਾਰ ਮੰਚ ਸਾਡੀ ਵੱਡੀ ਸੰਸਥਾ ਹੈ। ਸਾਨੂੰ ਬੜੀ ਖੁਸ਼ੀ ਹੈ ਕਿ ਸਿਰਫ ਪਟਿਆਲੇ ਤੋਂ ਹੀ ਨਹੀਂ, ਸਿਰਫ ਪੰਜਾਬ ਤੋਂ ਹੀ ਨਹੀਂ, ਹਿੰਦੁਸਤਾਨ ਵਿੱਚੋਂ ਹੀ ਨਹੀਂ, ਬਾਹਰਲੇ ਮੁਲਕਾਂ ਤੋਂ ਕੋਨੇ ਕੋਨੇ ਤੋਂ ਕਵੀ ਇਸ ਨਾਭਾ ਕਵਿਤਾ ਉਤਸਵ ਦੇ ਵਿੱਚ ਸ਼ਾਮਿਲ ਹੁੰਦੇ ਨੇ, ਹੁੰਦੇ ਆ ਰਹੇ ਨੇ ਅਤੇ ਅੱਜ ਵੀ ਉਸੇ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਸਾਰੇ ਕਵੀ ਇੱਥੇ ਸ਼ਾਮਿਲ ਨੇ। ਉਸੇ ਤਰ੍ਹਾਂ ਫਿਰ ਕਵਿਤਾ ਦਾ ਜੱਗ ਚੱਲੇਗਾ ਅਤੇ ਇਸੇ ਤਰ੍ਹਾਂ ਸ਼ਾਮ ਤੱਕ ਅਸੀਂ ਇੱਕ ਦੂਸਰੇ ਨੂੰ ਲੇਖਕ ਮਿਲਦੇ ਵੀ ਹਾਂ। ਅਤੇ ਦਰਅਸਲ ਇੱਥੇ ਇਹ ਕਵੀਆਂ ਦਾ ਮੇਲਾ ਹੈ ਅਤੇ ਸਿਰਫ ਕਵਿਤਾਵਾਂ ਹੀ ਨਹੀਂ ਸੁਣਾਈਆਂ ਜਾਂਦੀਆਂ, ਇੱਕ ਦੂਜੇ ਨੂੰ ਮਿਲਿਆ ਜਾਂਦਾ, ਇੱਕ ਦੂਜੇ ਨੂੰ ਹਰ ਥਾਂ 'ਤੇ ਪਹੁੰਚਣਾ ਬਹੁਤ ਮੁਸ਼ਕਲ ਹੈ। ਇਸੇ ਕਰਕੇ ਵਿਦੇਸ਼ਾਂ ਦੇ ਜਿਹੜੇ ਲੇਖਕ ਨੇ ਉਹ ਵੀ ਨਾਭਾ ਕਵਿਤਾ ਦੇ ਵਿੱਚ ਬਹੁਤ ਧੂਮ ਦਾ ਨਾਮ ਪਹੁੰਚਦੇ ਨੇ। ਮਿਹਰਬਾਨੀ। ਕੋਈ ਬਜਟ ਨਹੀਂ, ਕੋਈ ਸਹਾਇਤਾ ਨਹੀਂ, ਕੋਈ ਮੇਰੇ ਖਿਆਲ ਇੱਕ ਨੌਰਥ ਜੋਨ ਵਾਲੇ ਥੋੜ੍ਹੀ ਬਹੁਤੀ ਹੈਲਪ ਕਰਦੇ ਆ ਨਾ। ਇਸ ਵਾਰੀ ਉਹਨਾਂ ਨੇ ਉਹ ਵੀ ਨਹੀਂ ਕੀਤੀ ਹੈਗੀ, ਆਪਦੀਆਂ ਜੇਬਾਂ 'ਚ ਵੀ ਫੰਡ ਇਕੱਠੇ ਕਰਕੇ ਇਹ ਆਪਣੇ ਪੈਸਿਆਂ ਦੇ ਨਾਲ ਸਾਰੇ ਕਰਦੇ ਆ, ਇਹ ਜਿਹੜੀ ਪ੍ਰਬੰਧਕੀ ਟੀਮ ਆ ਜੀ। ਬਿਲਕੁਲ ਕਰਨੀ ਚਾਹੀਦੀ ਆ। ਦੇਖੋ ਜੇ ਤਾਂ ਕਲਾ ਹੀ ਮਰ ਗਈ, ਕਲਾ ਜਦੋਂ ਮਰ ਜਾਂਦੀ ਹੈ ਫਿਰ ਸਮਝੋ ਕੌਮਾਂ ਹੀ ਖਤਮ ਹੋ ਜਾਂਦੀਆਂ, ਕਿਉਂਕਿ ਸਾਡੇ ਜਿਹੜੇ ਕਲਾ ਵਾ ਜਾਂ ਸਾਡੀਆਂ ਸਾਡਾ ਸਾਹਿਤ ਆ, ਇਹਦੇ ਸਿਰ 'ਤੇ ਸੱਭਿਆਚਾਰ ਆ, ਇਹਦੇ ਸਿਰ 'ਤੇ ਕੌਮਾਂ ਉਸਰਦੀਆਂ ਨੇ, ਹੈ ਨਾ। ਇਹ ਸਾਡੀ ਜ਼ਿੰਦਗੀ ਦਾ ਧੁਰਾ, ਇੱਕ ਬੇਸ ਹੁੰਦਾ ਸਰ, ਬੇਸ ਦਿੰਦਾ ਸਾਨੂੰ ਇਹ, ਸਾਡਾ ਸਾਡੀ ਜਿਹੜੀ ਕਲਾ ਹੁੰਦੀ ਆ ਜਾਂ ਸਾਡੀ ਬੋਲੀ ਨੂੰ ਪ੍ਰਮੋਟ ਕਰਨਾ, ਹੈ ਨਾ, ਉਤਸ਼ਾਹਿਤ ਕਰਨਾ, ਲੇਖਕਾਂ ਨੂੰ ਉਤਸ਼ਾਹਿਤ ਕਰਨਾ, ਪਰ ਸਰਕਾਰ ਕੁਛ ਵੀ ਨਹੀਂ ਕਰ ਰਹੀ। ਸੋ ਜਦੋਂ ਸਾਡੇ ਸਾਹਿਤ ਹੀ ਨਹੀਂ ਹੈਗਾ, ਕਲਾ ਨਹੀਂ ਹੈਗੀ ਤਾਂ ਕੀ ਜੀਵਨ ਹੋਊਗਾ? ਕੁਛ ਵੀ ਨਹੀਂ ਹੋਣਾ। ਸਿਹਤ ਦੇਣ ਵਾਲਾ, ਰੋਸ਼ਨੀ ਦੇਣ ਵਾਲਾ ਕੌਣ ਆ? ਲੇਖਕ ਹੁੰਦੇ ਨੇ, ਕਵੀ ਹੁੰਦੇ ਨੇ, ਅਤੇ ਜਦੋਂ ਤੁਸੀਂ ਉਹਨਾਂ ਨੂੰ ਨਹੀਂ ਉਤਸ਼ਾਹਿਤ ਕਰਦੇ ਹੈਗੇ ਫਿਰ ਮਤਲਬ ਸਾਰਾ ਕੁਛ ਖਤਮ ਆ, ਮਤਲਬ ਰੁੱਖਾਪਨ ਆ ਜੂਗਾ, ਹੈ ਨਾ, ਕੋਈ ਵੀ ਨਹੀਂ, ਕੁਛ ਵੀ ਨਹੀਂ ਹੋਊਗਾ, ਚਾਨਣੀ ਨਹੀਂ ਹੋਊਗਾ। ਪੰਜਾਬੀ ਕਵਿਤਾ ਦਾ ਸਭ ਤੋਂ ਵਿਕਾਰੀ ਸਮਾਗਮ ਹੁੰਦਾ ਅਤੇ ਕਵਿਤਾ ਜਿਹਦੇ ਵਿੱਚ ਨਵੇਂ ਪੁਰਾਣੇ ਹਰ ਰੰਗ ਦੇ ਕਵੀ ਪੰਜਾਬੀ 'ਚ ਲਿਖਣ ਵਾਲੇ ਜੁੜਦੇ ਨੇ, ਮਿਲਦੇ ਨੇ ਅਤੇ ਇਹਦੀ ਲਗਾਤਾਰਤਾ ਜਿਹੜਾ ਇਹਦਾ ਹਾਸਲ ਆ, ਲਗਾਤਾਰਤਾ ਹੀ ਨਹੀਂ ਮਤਲਬ ਲਗਾਤਾਰਤਾ ਇਹਦੀ ਸਿਰਫ ਇੱਕ ਰਸਮ ਵਜੋਂ ਨਹੀਂ, ਹਰ ਵਾਰ ਇਹਦੇ ਵਿੱਚ ਨਵੀਆਂ ਚੀਜ਼ਾਂ ਜੁੜਦੀਆਂ, ਇਹਦਾ ਸੁਪਨ ਵੱਧਦਾ, ਇਹਦੇ ਵਿੱਚ ਨਵੀਆਂ ਕਲਮਾਂ ਜੁੜਦੀਆਂ, ਇਸ ਕਰਕੇ ਮੈਂ ਇਹਨੂੰ ਬਹੁਤ ਮਹੱਤਵਪੂਰਨ ਮੰਨਦਾ। ਸ਼ੁਰੂ ਤੋਂ ਹੀ ਸਾਹਿਤ ਨੂੰ ਪਰਣਾਇਆ ਹੋਇਆ ਸ਼ਹਿਰ ਹੈ ਜੀ, ਇਤਿਹਾਸ ਇਸਦਾ ਇਤਿਹਾਸ ਦੱਸਦਾ। ਭਾਈ ਕਾਨ ਸਿੰਘ ਨਾਭਾ ਜੀ ਮਹਾਨ ਕੋਸ਼ ਦੇ ਨਾਲ ਇੱਥੇ ਬਹੁਤ ਪੁਖਤਾ ਹਾਜ਼ਰੀ ਲਗਵਾ ਚੁੱਕੇ ਨੇ ਜਿੱਥੋਂ ਸ਼ੁਰੂਆਤ ਹੋਈ ਹੈ ਜੀ। ਅਤੇ ਨਾਭਾ ਕਵਿਤਾ ਉਤਸਵ ਇਸੇ ਤਰ੍ਹਾਂ ਨਾਭੇ ਦੀ ਆਂਢ ਬਾਂਧ ਅਤੇ ਸ਼ਾਨ ਹੈ, ਅੰਤਰਰਾਸ਼ਟਰੀ ਤੌਰ 'ਤੇ ਪ੍ਰਸਿੱਧ ਹੈ ਜੀ। ਅਤੇ ਇਸ ਵਾਰ 26ਵਾਂ ਨਾਭਾ ਕਵਿਤਾ ਉਤਸਵ ਬੜੀ ਆਂਢ ਬਾਂਧ ਅਤੇ ਸ਼ਾਨ ਦੇ ਨਾਲ ਮਨਾਇਆ ਜਾ ਰਿਹਾ। ਅਤੇ ਇਸ ਦੇ ਵਿੱਚ ਇਸ ਵਾਰ ਦੇ ਇਸ ਕਵਿਤਾ ਉਤਸਵ ਦੀ ਵਿਲੱਖਣਤਾ ਇਹ ਹੈ ਕਿ 2 ਸੈਸ਼ਨਸ ਦੇ ਵਿੱਚ ਹੈ ਅਤੇ 76 ਦੇ ਕਰੀਬ ਕਵੀ ਨੇ ਜਿਹੜੇ ਉਹ ਆਪਣੀ ਕਵਿਤਾ ਪਾਠ ਕਰ ਰਹੇ ਨੇ। ਨਾਭਾ ਕਾਵਿ ਉਤਸਵ ਦੀ ਇਹ ਖਾਸੀਅਤ ਹੈ, ਜਿਵੇਂ ਕਿ ਅੱਜ 26ਵਾਂ ਹੈ ਨਾ ਕਾਵਿ ਮੇਲਾ ਹੈ, ਕੋਈ ਵੀ ਚੀਜ਼ ਅਸੀਂ ਸ਼ੁਰੂਆਤ ਕਰ ਲੈਂਦੇ ਹਾਂ ਪਰ ਉਹਦੀ ਲਗਾਤਾਰਤਾ ਵੱਡੀ ਗੱਲ ਹੁੰਦੀ ਹੈ ਅਤੇ ਬਾਕੀ ਬਿਨਾਂ ਕਿਸੇ ਪੱਖਪਾਤ ਤੋਂ ਪੰਜਾਬ ਦੇ ਹਰ ਜ਼ਿਲ੍ਹੇ ਤੋਂ ਹਰ ਜਗ੍ਹਾ ਤੋਂ ਸ਼ਾਇਰ ਬੁਲਾਏ ਜਾਂਦੇ ਨੇ, ਕਿਤਾਬਾਂ ਦਾ ਸਨਮਾਨ, ਕਿਤਾਬਾਂ ਨੂੰ ਰਿਲੀਜ਼ ਕਰਨਾ ਔਰ ਇੰਨੇ ਵੱਡੇ ਪੱਧਰ 'ਤੇ ਸਾਰੇ ਕਵੀਆਂ ਨੂੰ ਬੁਲਾ ਕੇ ਸਨਮਾਨ ਸਹਿਤ ਕਵਿਤਾ ਨਾ ਸਿਰਫ ਬੋਲਣਾ ਸਗੋਂ ਬਹਿ ਕੇ ਸੁਣਨਾ ਵੀ, ਇਸ ਕਾਵਿ ਉਤਸਵ ਦੀ ਜਿਹੜੀ ਖਾਸੀਅਤ ਸਭ ਤੋਂ ਵੱਡੀ ਹੈ। ਅਤੇ ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਸਾਡਾ ਇਹ ਕੁੰਭ ਹੈ, ਅਸੀਂ ਇੱਥੇ ਸਾਲਾਨਾ ਇਕੱਠੇ ਹੁੰਦੇ ਹਾਂ ਅਤੇ 12 ਸਾਲਾਂ ਬਾਅਦ 'ਤੇ ਜਿਹੜਾ ਕੁੰਭ ਹੁੰਦਾ ਉਹਦੀ ਤਾਂ ਉਡੀਕ ਕਰਨੀ ਔਖੀ ਹੈ। ਸਾਡਾ ਇਹ ਕੁੰਭਸ਼ਾਲਾ ਇੱਦਾਂ ਹੀ ਮੰਗਦਾ ਰਹੇ, ਚੰਗਾ ਮੰਗਦੀਆਂ ਰਹਿਣ, ਅਸੀਂ ਮਿਲਦੇ ਗਿਲਦੇ ਰਹੀਏ।